ਸਭ ਤੋਂ ਪਹਿਲਾਂ ਇਹ ਦੱਸੋ ਕਿ ਜਦੋਂ ਸਟੱਡੀ ਵੀਜ਼ਾ ਆਪਾਂ ਅਪਲਾਈ ਕਰਦੇ ਹਾਂ ਕੀ ਹੋਣਾ ਚਾਹੀਦਾ ਸਾਡੇ ਹੱਥ ਵਿੱਚ ਜਦੋਂ ਅਸੀਂ ਕੰਸਲਟੈਂਟ ਦੇ ਕੋਲ ਜਾਈਦਾ ਉਹ ਕਹਿੰਦੇ ਆ ਜੀ 18 ਈਅਰ ਹੋਣੇ ਚਾਹੀਦੇ ਆ ਕੀ ਇਹ ਐਲੀਜੀਬਿਲਟੀ ਹੈਗੀ ਹੈ ਏਜ ਕੀ ਕੋਈ ਅਜਿਹਾ ਵੇ ਹੈਗਾ ਕਿ ਮਨੀ ਜਾਂ ਕਿਸੇ ਤੋਂ ਜਿੱਦਾਂ ਲੋਨ ਕੋਈ ਹੋ ਜਾਵੇ ਜਾਂ ਕੁਛ ਇੱਦਾਂ ਦਾ ਵੀ ਕੁਛ ਹੈ ਕਿ ਜਿਹਦੇ ਨਾਲ ਉਹ ਪੜ੍ਹਨ ਦੇ ਲਈ ਕੈਨੇਡਾ ਦੇ ਵਿੱਚ ਆ ਸਕਦੇ ਅਤੇ ਨਾਲ ਨਾਲ ਹੁਣ ਜਿਵੇਂ ਤੁਸੀਂ ਕਿਹਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਰੂਲਸ ਹੈਗੇ ਨੇ ਕਿ ਇਹ ਰੂਲਸ ਤੁਹਾਨੂੰ ਫੋਲੋ ਕਰਨੇ ਪੈਣੇ ਨੇ ਪਰ ਰਿਜੈਕਸ਼ਨ ਦਾ ਕੀ ਕਾਰਨ ਹੋ ਸਕਦਾ ਉਹਦਾ ਸਭ ਤੋਂ ਵੱਡਾ ਰੀਜ਼ਨ ਹੈਗਾ ਕਿ ਇੱਕ ਤਾਂ ਮਿਸਮੈਚ ਆਫ ਦਾ ਕੋਰਸਿਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਅਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸਲਿਊਸ਼ਨ ਦੇ ਵਿੱਚ ਸਵਾਗਤ ਹੈ ਇਮੀਗ੍ਰੇਸ਼ਨ ਦੇ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਅਤੇ ਖਾਸ ਕਰਕੇ ਅੱਜ ਗੱਲ ਕਰਾਂਗੇ ਸਟੱਡੀ ਵੀਜ਼ਾ ਦੇ ਬਾਰੇ ਕਿਉਂਕਿ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਸਵਾਲ ਹੁੰਦੇ ਆ ਸਟੱਡੀ ਵੀਜ਼ੇ ਨੂੰ ਲੈ ਕੇ ਹੁਣ ਕੋਵਿਡ ਤੋਂ ਬਾਅਦ ਗਾਈਡਲਾਈਨਸ ਜਿਹੜੀਆਂ ਨੇ ਕੀ ਉਹ ਚੇਂਜ ਹੋਈਆਂ ਨੇ ਕੀ ਰਿਕੁਆਇਰਮੈਂਟਸ ਨੇ ਜਦੋਂ ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਬੈਠੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਦੇ ਵਿੱਚ ਜਾ ਕੇ ਪੜ੍ਹੀਏ ਤਾਂ ਕਿਹੜੀਆਂ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ ਕੀ ਕੁਝ ਹੋਣਾ ਚਾਹੀਦਾ ਜਿਸ ਨਾਲ ਤੁਹਾਨੂੰ ਰਿਜੈਕਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਤੁਹਾਡਾ ਸਟੱਡੀ ਵੀਜ਼ਾ ਕੈਨੇਡਾ ਦੇ ਲਈ ਲੱਗ ਜਾਵੇ ਇਸ ਸਭ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਕੈਪੀਲੈਨੋ ਇਮੀਗ੍ਰੇਸ਼ਨ ਤੋਂ ਮਿਸਟਰ ਚਰਨਜੀਤ ਕਾਲਰਾ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਾਲਰ ਸਾਹਿਬ ਸਵਾਗਤ ਹੈ ਜੀ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਕਿਵੇਂ ਜੀ ਕੀ ਹਾਲ ਚਾਲ ਬਿਲਕੁਲ ਠੀਕ ਹੈ ਕਾਲਰ ਸਾਹਿਬ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆ ਕੇ ਪੜ੍ਹਨਾ ਚਾਹੁੰਦੇ ਨੇ ਇੱਥੇ ਆ ਕੇ ਕਹਿੰਦੇ ਆ ਕਿ ਅਸੀਂ ਹਾਇਰ ਸਟੱਡੀਜ਼ ਦੇ ਲਈ ਜਿਹੜਾ ਜਾਣਾ ਅਤੇ ਨਾਲ ਇੱਥੇ ਆ ਕੇ ਸੈਟਲ ਹੋਣਾ ਵੀ ਚਾਹੁੰਦੇ ਨੇ ਪਰ ਸਭ ਤੋਂ ਪਹਿਲਾਂ ਜਦੋਂ ਅਸੀਂ ਬੈਕ ਹੋਮ ਹੁੰਦੇ ਹਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਰਿਕੁਆਇਰਮੈਂਟਸ ਨੇ ਕੀ ਐਲੀਜੀਬਿਲਟੀਜ਼ ਨੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਦੋਂ ਸਟੱਡੀ ਵੀਜ਼ਾ ਆਪਾਂ ਅਪਲਾਈ ਕਰਦੇ ਹਾਂ ਕੀ ਹੋਣਾ ਚਾਹੀਦਾ ਸਾਡੇ ਹੱਥ ਦੇ ਵਿੱਚ ਸਭ ਤੋਂ ਪਹਿਲੀ ਰਿਕੁਆਇਰਮੈਂਟ ਤਾਂ ਤੁਹਾਡੀ ਐਜੂਕੇਸ਼ਨ ਮਿਨੀਮਮ ਰਿਕੁਆਇਰਮੈਂਟ ਅਤੇ ਪੋਸਟ ਸੈਕੰਡਰੀ ਐਜੂਕੇਸ਼ਨ ਹੈ ਫੋਰ ਐਨੀ ਸਟੱਡੀ ਐਟਲੀਸਟ 12th ਪਾਸ ਹੋਣਾ ਚਾਹੀਦਾ ਇਕੁਅਲੈਂਟ ਟੂ ਹਾਇਰ ਸੈਕੰਡਰੀ ਐਜੂਕੇਸ਼ਨ ਜਿਹੜੀ ਆਪਣੇ ਕੈਨੇਡਾ ਦੇ ਵਿੱਚ ਅਤੇ ਸੈਕਿੰਡ ਉਸ ਤੋਂ ਬਾਅਦ ਜਿਹੜੇ ਕੋਰਸ ਦੇ ਵਿੱਚ ਆਲਰੇਡੀ ਸੀਗਾ ਜੇ ਉਹਨੇ ਸਪੋਜ਼ ਸੇ ਮੈਡੀਕਲ ਲਾਈਨ ਲਈ ਹੈ ਤਾਂ ਉਹ ਇੱਥੇ ਆ ਕੇ ਮੈਥਸ ਦੇ ਵਿੱਚ ਵਾਲੀ ਲਾਈਨ ਦੇ ਵਿੱਚ ਫਿੱਟ ਨਹੀਂ ਹੁੰਦਾ ਅਤੇ ਉਹਦੇ ਸਿਮਿਲਰ ਲਾਈਨ ਦੇ ਵਿੱਚ ਉਹਨਾਂ ਨੂੰ ਸਟੱਡੀ ਅਪਲਾਈ ਕਰਨੀ ਚਾਹੀਦੀ ਹੈ ਸੈਕਿੰਡਲੀ ਥਰਡ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਆਇਲਸ ਦੀ ਸਭ ਤੋਂ ਰਿਕੁਆਇਰਮੈਂਟ ਹੈ ਇਹਦੇ 'ਚ ਮਿਨੀਮਮ ਰਿਕੁਆਇਰਮੈਂਟ ਜਿਹੜੀ ਹੈ 6 ਓਵਰਆਲ ਐਂਡ 1 ਐਂਡ 1 ਦੇ ਵਿੱਚ 5.5 ਮੋਡਿਊਲ ਹੋ ਸਕਦੇ ਆ ਬਸ ਅਦਰਵਾਈਜ਼ ਐਟਲੀਸਟ 6 ਚਾਹੀਦੇ ਆ ਤਾਂ ਉਹ ਐਲੀਜੀਬਲ ਹੈਗੇ ਅਤੇ ਜੇ 6 ਤੋਂ ਉੱਪਰ ਹੋਣ ਤਾਂ ਇਹਨਾਂ ਨੇ ਕੇਸ ਉਹ ਬੈਟਰ ਗਿਣਿਆ ਜਾਂਦਾ ਸਭ ਤੋਂ ਜ਼ਿਆਦਾ ਅਤੇ ਤੀਸਰੀ ਗੱਲ ਹੈਗੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਕਿ ਉਹਨਾਂ ਦੇ ਉਹ ਫੀਸ ਪੇ ਕਰਨ ਵਾਸਤੇ ਜੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਹੁੰਦੀਆਂ ਨੇ ਉਹਦੇ ਵਿੱਚੋਂ ਮੇਨ ਰਿਕੁਆਇਰਮੈਂਟਸ ਇਹ ਹੈਗੀਆਂ ਨੇ ਹੁਣ ਕਈ ਵਾਰ ਇਹ ਹੁੰਦਾ ਹੈ ਕਿ ਅਸੀਂ 12th ਕੀਤੀ ਹੈ ਅਤੇ ਏਜ ਦੀ ਰਿਕੁਆਇਰਮੈਂਟ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ ਕਿਉਂਕਿ ਕਈ ਵਾਰ ਕਹਿ ਦਿੰਦੇ ਆ ਕਿ ਜਦੋਂ ਅਸੀਂ ਕੰਸਲਟੈਂਟ ਦੇ ਕੋਲ ਜਾਈਦਾ ਉਹ ਕਹਿੰਦੇ ਆ ਜੀ 18 ਈਅਰ ਹੋਣੇ ਚਾਹੀਦੇ ਆ ਕੀ ਇਹ ਐਲੀਜੀਬਿਲਟੀ ਹੈਗੀ ਹੈ ਏਜ ਦੀ ਮਿਨੀਮਮ ਰਿਕੁਆਇਰਮੈਂਟ 18 ਈਅਰਸ ਤਾਂ ਹੈ ਹੀ ਹੈ ਉਹ ਤਾਂ ਹੈ ਪਰ ਜਿਹੜੀ ਅਪਰ ਲਿਮਿਟ ਹੈ ਉਹ ਐਕਚੁਅਲ ਕੋਈ ਲਿਮਿਟ ਨਹੀਂ ਹੈ ਪਰ ਜੇ ਤੁਹਾਡਾ ਗੈਪ ਬਹੁਤ ਜ਼ਿਆਦਾ ਹੈਗਾ ਸੇ ਆਫਟਰ ਐਜੂਕੇਸ਼ਨ ਤੁਸੀਂ ਕਿਸੇ ਦਾ 5-7 ਈਅਰਸ ਗੈਪ ਹੈ ਅਤੇ ਉਹਨੂੰ ਪ੍ਰੂਵ ਕਰਨਾ ਪੈਂਦਾ ਕਿ ਉਹ ਗੈਪ ਵਿੱਚ ਉਹਨੇ ਕੀਤਾ ਕੀ ਉਸ ਟਾਈਮ ਕਿ ਉਹ ਕੋਈ ਜੋਬ ਕਰ ਰਿਹਾ ਸੀ ਜਾਂ ਕੁਛ ਹੋਰ ਕੋਰਸਿਸ ਕਰ ਰਿਹਾ ਸੀ ਉਹ ਪ੍ਰੂਵ ਕਰਨਾ ਜ਼ਰੂਰੀ ਹੈ ਤਾਂ ਕਰ ਸਕਦੇ ਹਾਂ ਤਾਂ ਏਜ ਦਾ ਕੋਈ ਨਹੀਂ ਪਰ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਅਸੀਂ 12th ਦੀ ਗੱਲ ਕਰਦੇ ਹਾਂ 12th ਅਪਰੋਕਸੀਮੇਟਲੀ 17-18 ਸਾਲ ਦੀ ਏਜ ਦਾ ਜਿਹੜਾ ਬੱਚਾ ਉਹ ਇਹ ਕਰਦਾ ਆ ਸੋ ਕੀ 18 ਸਾਲ ਜਿਵੇਂ 17.5 ਦਾ ਕਿਸੇ ਨੇ ਪਲੱਸ 2 ਆਪਣੇ ਉੱਥੇ ਪਾਸ ਕਰ ਲਈ ਹੈ 12 ਪਾਸ ਕਰ ਲਈ ਹੈ ਅਤੇ ਉਸ ਤੋਂ ਬਾਅਦ ਉਹ ਆਪਣੀ ਐਪਲੀਕੇਸ਼ਨ ਲਗਾ ਸਕਦਾ ਹਾਂਜੀ ਲੋਅਰ ਏਜ ਵਿੱਚ ਵੀ ਐਪਲੀਕੇਸ਼ਨ ਲਗਾ ਸਕਦੇ ਆ ਪਰ ਉਹ ਮਾਈਨਰ ਗਿਣਿਆ ਜਾਂਦਾ 18 ਤੋਂ ਨੀਚੇ ਮਾਈਨਰ ਗਿਣਿਆ ਜਾਂਦਾ ਫਿਰ ਉਹਨੂੰ ਕੋਈ ਸਪੋਰਟ ਲੈਟਰ ਚਾਹੀਦੀ ਹੈ ਕਿ ਉਹਨੂੰ ਕੋਈ ਇੱਥੇ ਸਪੋਰਟ ਕੌਣ ਕਰੂਗਾ ਇੱਕ ਸਪੋਰਟ ਲੈਟਰ ਚਾਹੀਦਾ ਕਿਸੇ ਨੂੰ ਡੈਜ਼ਿਗਨੇਟ ਕਰਨਾ ਪੈਣਾ ਉਹਦੇ ਪੇਰੈਂਟਸ ਨੂੰ ਕਿ ਹੀ ਵਿਲ ਬੀ ਟੇਕਿੰਗ ਕੇਅਰ ਆਫ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਇੱਕ ਸਪੋਰਟਿੰਗ ਲੈਟਰ ਹੋਣਾ ਚਾਹੀਦਾ ਕੱਲ ਸਾਹਿਬ ਜਿਵੇਂ ਅਸੀਂ ਕਹਿੰਦੇ ਹਾਂ ਕਿ ਰਿਜੈਕਸ਼ਨਸ ਜਿਹੜੀਆਂ ਨੇ ਉਹ ਲੱਗ ਜਾਂਦੀਆਂ ਨੇ ਹੁਣ ਕਈ ਵਾਰੀ ਇਹ ਸਾਨੂੰ ਗਲਤ ਫਹਿਮੀ ਕਹਿ ਸਕਦੇ ਹਾਂ ਜਾਂ ਸਾਨੂੰ ਮਿਸ ਇਨਫੋਰਮੇਸ਼ਨ ਹੈਗੀ ਹੈ ਕਿ ਅਸੀਂ ਜਦੋਂ ਘੱਟ ਉਮਰ ਦੇ ਵਿੱਚ ਕਰ ਦਈਏ ਜਾਂ ਜਦੋਂ ਫਿਰ ਅਸੀਂ ਕੋਈ ਸਪੋਰਟ ਲੈਟਰ ਭੇਜਦੇ ਹਾਂ ਤਾਂ ਅਸੀਂ ਕਹਿੰਦੇ ਕਿ ਸਾਡਾ ਰਿਲੇਸ਼ਨ ਹੈਗਾ ਉੱਥੇ ਅਸੀਂ ਸਾਡੇ ਉੱਥੇ ਕੋਈ ਸਿਸਟਰ ਰਹਿ ਰਹੀ ਹੈ ਬ੍ਰਦਰ ਰਹਿ ਰਿਹਾ ਹੈਗਾ ਤਾਂ ਉਹਨਾਂ ਤੋਂ ਅਸੀਂ ਕੋਈ ਐਪਲੀਕੇਸ਼ਨ ਭੇਜ ਦਿੱਤੀ ਤਾਂ ਉਹਦੇ ਚਾਂਸਿਸ ਹੁੰਦੇ ਆ ਕਿ ਤੁਹਾਨੂੰ ਰਿਜੈਕਸ਼ਨ ਮਿਲ ਸਕਦੀ ਹੈ ਕਿਉਂਕਿ ਤੁਸੀਂ ਉੱਥੇ ਜਾਣਾ ਤਾਂ ਉਦੋਂ ਬਾਅਦ ਮੁੜ ਕੇ ਨਹੀਂ ਆਉਣਾ
ਨਹੀਂ ਆਹ ਕੋਈ ਕ੍ਰਾਈਟੀਰੀਆ ਨਹੀਂ ਹੈ ਜੀ ਤੁਹਾਡਾ ਕੋਈ ਰਿਲੇਟਿਵ ਜਿੱਥੇ ਰਹਿੰਦਾ ਆਹ ਕੋਈ ਕ੍ਰਾਈਟੀਰੀਆ ਨਹੀਂ ਹੈ ਰਿਜੈਕਸ਼ਨ ਦਾ ਸੈਕੰਡਲੀ ਇਵਨ ਸਕੂਲ ਵਾਸਤੇ ਅਪ ਟੂ 8th ਕਲਾਸ ਵੀ ਲੋਕ ਇੱਥੇ ਬੱਚਿਆਂ ਨੂੰ ਭੇਜਦੇ ਆ ਉਹ ਵੀ ਅੱਜ ਕੱਲ੍ਹ ਹੈਗਾ ਮਾਈਨਰਸ ਵਾਸਤੇ ਅਤੇ ਉਹਨਾਂ ਨੂੰ ਉੱਪਰ ਕੋਈ ਨਾ ਕੋਈ ਸਪੋਰਟ ਕਰਨ ਵਾਸਤੇ ਇੱਥੇ ਚਾਹੀਦਾ ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਕਸਟੋਡੀਅਨ ਐਟਲੀਸਟ ਡੈਕਲਰੇਸ਼ਨ ਚਾਹੀਦੀ ਹੁੰਦੀ ਇਹਦੇ ਵਾਸਤੇ ਕਿ ਉਹਦੀ ਕੇਅਰ ਕੌਣ ਕਰੂਗਾ ਇੱਥੇ ਬਿਲਕੁਲ ਮੇਲ ਖਾਂਦੀ ਹੈ ਪਰ ਹੁਣ ਬਹੁਤ ਸਾਰੀਆਂ DLIs ਦੀ ਗੱਲ ਕਰਦੇ ਹੁੰਦੇ ਆ ਸਟੱਡੀ ਵੀਜ਼ਾ ਦੇ ਵਿੱਚ ਉਹ ਕੀ ਨੇ DLI ਦਾ ਮਤਲਬ ਹੈ ਕਿ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟਸ ਗਵਰਨਮੈਂਟ ਨੇ ਇੱਕ ਮਿਨੀਮਮ ਕ੍ਰਾਈਟੀਰੀਆ ਫਿਕਸ ਕੀਤਾ ਹੋਇਆ ਕਿ ਐਟਲੀਸਟ ਇੰਨਾ ਉਹਦਾ ਸਟੈਂਡਰਡ ਮੇਨਟੇਨ ਹੋਣਾ ਚਾਹੀਦਾ ਇੱਕ ਇੰਸਟੀਟਿਊਟ ਦਾ ਜੇ ਉਹਨਾਂ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈਂਦੀ ਹੈ ਅਤੇ ਜਿਵੇਂ ਆਲ ਪ੍ਰਾਈਮਰੀ ਸਕੂਲਸ ਐਂਡ ਸੈਕੰਡਰੀ ਸਕੂਲ ਦੇ ਆਰ ਆਟੋਮੈਟਿਕਲੀ DLIs ਪਰ ਉਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਵੀ DLI ਹੋ ਸਕਦਾ ਗਵਰਨਮੈਂਟ ਸਕੂਲ ਵੀ DLI ਹੋ ਸਕਦਾ ਪਰ DLI ਉਹਨਾਂ ਨੇ ਬਣਾਇਆ ਕਿ ਐਟਲੀਸਟ ਇੰਨੀ ਮਿਨੀਮਮ ਕ੍ਰਾਈਟੀਰੀਆ ਇਹਦੇ ਵਾਸਤੇ ਹੋਵੇ ਆ ਨਹੀਂ ਕਿ ਅੱਜ ਕੋਈ ਸਕੂਲ ਸ਼ੁਰੂ ਕਰੇ ਅਤੇ ਕੱਲ੍ਹ ਤੋਂ ਇੰਟਰਨੈਸ਼ਨਲ ਸਕੂਲ ਸਟੂਡੈਂਟ ਲੈਣਾ ਸ਼ੁਰੂ ਪਹਿਲੇ ਉਹਨਾਂ ਨੂੰ ਲੋਕਲ ਪੜ੍ਹਾਉਣਾ ਪੈਂਦਾ ਉਹ ਮਿਨੀਮਮ ਉਹਨਾਂ ਨੂੰ ਫਿਕਸ ਕਰਨਾ ਪੈਂਦਾ ਉਸ ਤੋਂ ਬਾਅਦ ਉਹ DLI ਬਣ ਸਕਦਾ ਸੋ ਜਿਵੇਂ ਤੁਸੀਂ ਕਿਹਾ ਕਿ ਕਾਲਜ ਵੀ ਸਪੈਸੀਫਿਕ ਹੁੰਦੇ ਨੇ ਹੁਣ ਇੱਥੇ ਕਿਉਂਕਿ ਬੈਕ ਹੋਮ ਸਾਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਕਿਹੜੇ ਕਾਲਜ ਆ ਪਰ ਔਨਲਾਈਨ ਸਾਰੀ ਇਨਫੋਰਮੇਸ਼ਨ ਪਈ ਹੈਗੀ ਹੈ ਸੋ ਸਾਨੂੰ ਪ੍ਰਾਈਵੇਟ ਜਾਂ ਪਬਲਿਕ ਦੇ ਵਿੱਚ ਕੋਈ ਡਿਫਰੈਂਸ਼ੀਏਟ ਕਰਨਾ ਚਾਹੀਦਾ ਕਿ ਅਸੀਂ ਇਸ ਦੇ ਵਿੱਚ ਜਾਣਾ ਜਾਂ ਇਸ ਦੇ ਵਿੱਚ ਜਾਣਾ ਪ੍ਰਾਈਵੇਟ ਤੇ ਤੁਸੀਂ ਇੱਕ CIC ਦੀ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਕਾਲਜ ਹੈ DLI ਹੈ ਕਿ ਨਹੀਂ ਪਹਿਲੀ ਗੱਲ ਦੂਸਰੀ ਗੱਲ ਉਹਦੇ ਤੇ ਆ ਵੀ ਪਤਾ ਲੱਗ ਜਾਂਦਾ ਕਿ ਉਸਦੇ ਉਸ ਤੋਂ ਬਾਅਦ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹ ਹਰ DLI 'ਚ ਨਹੀਂ ਮਿਲਦਾ ਹਾਲਾਂਕਿ ਉਹ ਐਜੂਕੇਸ਼ਨ ਲੈ ਸਕਦੇ ਆ ਪਰ ਉਸ ਤੋਂ ਬਾਅਦ ਕੰਮ ਨਹੀਂ ਕਰ ਸਕਦੇ ਆਫਟਰ ਫਿਨਿਸ਼ਿੰਗ ਦ ਕੋਰਸ ਅਤੇ ਆਹ ਪਹਿਲੇ ਸਰਚ ਕਰਕੇ ਫਿਰ ਹੀ ਅਪਲਾਈ ਕਰਨਾ ਚਾਹੀਦਾ ਸਟੂਡੈਂਟ ਡਾਇਰੈਕਟ ਸਟ੍ਰੀਮ ਜਿਹੜੀ ਹੈ ਉਹਦੇ ਬਾਰੇ ਵੀ ਦੱਸੋ ਇੱਕ ਤਾਂ ਨੋਰਮਲ ਸਟ੍ਰੀਮ ਹੈ ਜਿਹੜੀ ਨੋਰਮਲ ਸਟੂਡੈਂਟਸ ਵਾਸਤੇ ਹੈਗੀ ਹੈ ਉਹ ਤੋਂ ਆਲ ਓਵਰ ਦਾ ਵਰਲਡ ਹੈਗੀ ਹੈ ਇੱਕ ਫੋਰ ਫਿਊ ਕੰਟਰੀਜ਼ ਕੈਨੇਡੀਅਨ ਗਵਰਨਮੈਂਟ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਸ਼ੁਰੂ ਕੀਤੀ ਹੈ ਜੋ ਕਿ ਜਿਵੇਂ ਇੰਡੀਆ ਚਾਈਨਾ ਪਾਕਿਸਤਾਨ ਵੀਅਤਨਾਮ ਅਤੇ ਹੋਰ ਕੁਛ ਕੰਟਰੀਜ਼ ਹੈਗੀਆਂ ਉਹਦੇ ਵਿੱਚ ਮੇਨ ਚੀਜ਼ ਆ ਹੈ ਕਿ ਉਹਦੇ ਉਹਨਾਂ ਦੀ ਪ੍ਰੋਸੈਸਿੰਗ ਬਹੁਤ ਫਾਸਟ ਹੈ ਜਦੋਂ ਕੋਈ ਅਪਲਾਈ ਕਰਦਾ ਤਾਂ ਵਿਦਇਨ 20 to 25 days ਉਹਦੇ ਚਾਂਸਿਸ ਹੈ ਕਿ ਉਹਦਾ ਅਪਰੂਵਲ ਆ ਜਾਂਦੀ ਸਟੱਡੀ ਪਰਮਿਟਿਜ਼ ਅਤੇ ਉਸ ਤੋਂ ਇਲਾਵਾ ਉਹਦੇ 'ਚ ਰਿਸਟ੍ਰਿਕਸ਼ਨਸ ਵੀ ਬਣੀਆਂ ਘੱਟ ਹੈ ਉਹਦੇ 'ਚ ਉਹਨੂੰ ਅਦਰਵਾਈਜ਼ ਜੇ ਕੋਈ ਸਟੂਡੈਂਟ ਅਪਲਾਈ ਕਰਦਾ ਤਾਂ ਉਹਨੂੰ ਫਾਈਨੈਂਸ਼ੀਅਲ ਪੂਰਾ ਦਿਖਾਉਣਾ ਪੈਂਦਾ ਕਿ ਮੇਰੇ ਕੋਲ ਇੰਨੀ ਇੰਨਾ ਮੇਰਾ ਬੈਂਕ ਬੈਲੈਂਸ ਹੈ ਇੰਨਾ ਮੈਨੂੰ ਮੇਰੇ ਪੇਰੈਂਟ ਸਪੋਰਟ ਕਰ ਸਕਦੇ ਇਹਦੇ 'ਚ ਸਿਰਫ ਲਿਮਿਟਡ ਚੀਜ਼ਾਂ ਉਹਨਾਂ ਨੇ ਰੱਖੀਆਂ ਇੱਕ GIC ਅਕਾਊਂਟ ਬਣਾਉਣਾ ਪੈਂਦਾ GIC ਅਕਾਊਂਟ ਵਿੱਚ ਉਹਨੂੰ $10,000 ਇੱਥੇ ਦੇ ਬੈਂਕ ਵਿੱਚ ਡਿਪੋਜ਼ਿਟ ਕਰਾਉਣਾ ਪੈਂਦਾ ਜੋ ਕਿ ਉਹਨਾਂ ਨੂੰ ਐਵਰੀ ਮੰਥ ਬੱਚੇ ਨੂੰ ਮਿਲਦਾ ਰਹੂਗਾ ਫੋਰ ਆਪਣਾ ਖਰਚਾ ਚਲਾਉਣ ਵਾਸਤੇ ਸੈਕੰਡਲੀ ਉਹਨਾਂ ਨੂੰ ਫਸਟ ਈਅਰ ਦੀ ਫੀਸ ਪੇ ਕਰਨੀ ਪੈਂਦੀ ਹੈ ਬਿਫੋਰ ਅਪਲਾਈਂਗ ਫੋਰ ਦਾ ਸਟੱਡੀ ਪਰਮਿਟ ਜੋ ਫਸਟ ਈਅਰ ਦੀ ਫੀਸ ਅਪਲਾਈ ਕਰਦੇ ਅਤੇ GIC ਬਣਾ ਦਿੰਦੇ ਆ ਤਾਂ ਉਹਨਾਂ ਵਾਸਤੇ ਹੋਰ ਕੋਈ ਫਾਈਨੈਂਸ਼ੀਅਲ ਰਿਕੁਆਇਰਮੈਂਟ ਨਹੀਂ ਹੈ ਜਿਹੜੇ ਕਿ ਬਾਕੀ ਦੂਸਰਿਆਂ ਵਾਸਤੇ ਹੈਗੀ ਹੈ ਪਲੱਸ ਆ ਸਟੂਡੈਂਟ ਡਾਇਰੈਕਟ ਸਟ੍ਰੀਮ ਵਿੱਚ ਫਾਸਟ ਹੋ ਜਾਂਦਾ ਪ੍ਰੋਸੈਸ ਜੀ ਬਿਲਕੁਲ ਸੋ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਵਿੱਚ ਸਾਨੂੰ ਜਿਹੜਾ ਅਪਲਾਈ ਕਰਨਾ ਚਾਹੀਦਾ ਜਿਵੇਂ ਤੁਸੀਂ ਕਿਹਾ ਕੋਸਟ ਇਨਵੋਲਵ ਹੁੰਦੀ ਹੈ ਹੁਣ ਸਮਟਾਈਮਸ ਬੱਚੇ ਜਿਹੜੇ ਨੇ ਉਹ ਬਹੁਤ ਕਾਬਿਲ ਹੁੰਦੇ ਨੇ ਲਾਇਕ ਹੁੰਦੇ ਨੇ ਉਹ ਉਹਨਾਂ ਦੇ ਕੋਲ ਜੇ ਬੈਂਡਸ ਦੀ ਗੱਲ ਕਰੀਏ ਤਾਂ 7 ਜਾਂ 8 ਬੈਂਡ ਹੁੰਦੇ ਨੇ ਪਰ ਕਈ ਵਾਰ ਉਹਨਾਂ ਦਾ ਬੈਂਕ ਬੈਲੈਂਸ ਲੋਅ ਹੁੰਦਾ ਹੈ ਜਾਂ ਉਹ ਕਹਿੰਦੇ ਕਿ ਸਾਡੇ ਕੋਲ ਇੰਨੀ ਮਨੀ ਨਹੀਂ ਹੈਗੀ ਕੀ ਕੋਈ ਅਜਿਹਾ ਵੇ ਹੈਗਾ ਕਿ ਮਨੀ ਜਾਂ ਕਿਸੇ ਤੋਂ ਜਿੱਦਾਂ ਲੋਨ ਕੋਈ ਹੋ ਜਾਵੇ ਜਾਂ ਕੁਛ ਇੱਦਾਂ ਦਾ ਵੀ ਕੁਛ ਹੈ ਕਿ ਜਿਹਦੇ ਨਾਲ ਉਹ ਪੜ੍ਹਨ ਦੇ ਲਈ ਕੈਨੇਡਾ ਦੇ ਵਿੱਚ ਆ ਸਕਦੇ ਨੇ ਅੱਜ ਕੱਲ੍ਹ ਇੰਡੀਅਨ ਗਵਰਨਮੈਂਟ ਨੇ ਜਿਵੇਂ ਐਜੂਕੇਸ਼ਨ ਲੋਨ ਸ਼ੁਰੂ ਕੀਤੇ ਈਵਨ ਫੋਰ ਇੰਟਰਨੈਸ਼ਨਲ ਸਟੱਡੀਜ਼ ਅਤੇ ਉਹ ਉਹਦੇ 'ਚ ਅਪਲਾਈ ਕਰਦੇ ਫੋਰ ਕੈਨੇਡੀਅਨ ਗਵਰਨਮੈਂਟ ਕੋਈ ਇੰਟਰਨੈਸ਼ਨਲ ਸਟੂਡੈਂਟ ਨੂੰ ਕੋਈ ਸਕਾਲਰਸ਼ਿਪਸ ਵਗੈਰਾ ਨਹੀਂ ਦਿੰਦੀ ਮੋਸਟ ਆਫ ਦ ਟਾਈਮ ਅਤੇ ਉਹਨਾਂ ਨੂੰ ਬੈਂਕ ਬੈਲੈਂਸ ਜਾਂ ਉਹ ਤਾਂ ਕਲੀਅਰ ਕਰਨਾ ਹੀ ਪੈਂਦਾ ਕਿਉਂਕਿ ਇਹਨਾਂ ਦਾ ਪਰਪਜ਼ ਹੈ ਕੈਨੇਡੀਅਨ ਗਵਰਨਮੈਂਟ ਦਾ ਜੇ ਕੋਈ ਸਟੂਡੈਂਟ ਪੜ੍ਹਨ ਵਾਸਤੇ ਆਉਂਦਾ ਤਾਂ ਉਹਨੇ ਵਾਪਸ ਜ਼ਰੂਰ ਜਾਣਾ ਜੇ ਉਹਦੇ ਕੋਲ ਇੱਥੇ ਸਪੋਰਟ ਕਰਨ ਵਾਸਤੇ ਉਹਦੀ ਫੀਸ ਦੀ ਸਪੋਰਟ ਵਾਸਤੇ ਪੈਸੇ ਨਹੀਂ ਹੋਣਗੇ ਤਾਂ ਫਿਰ ਉਹ ਵਾਪਸ ਕਿਵੇਂ ਜਾਊਗਾ ਇਸ ਕਰਕੇ ਆਹ ਕ੍ਰਾਈਟੀਰੀਆ ਤਾਂ ਮੀਟ ਕਰਨਾ ਹੀ ਪੈਂਦਾ ਫਾਈਨੈਂਸ਼ੀਅਲ ਕ੍ਰਾਈਟੀਰੀਆ ਪਰੂਫ ਆਫ ਫੰਡਸ ਇੱਕ ਬਹੁਤ ਜ਼ਰੂਰੀ ਕ੍ਰਾਈਟੀਰੀਆ PGWP ਦੀ ਤੁਸੀਂ ਗੱਲ ਕੀਤੀ ਸੀ ਕਿ ਬਹੁਤ ਸਾਰੇ ਕਾਲਜ ਹੈ ਕਿ ਉਹ PGWP ਤੁਹਾਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਦੇ ਰਹੇ ਹੈਗੇ ਹਾਂ ਪਰ ਕਈ ਨਹੀਂ ਕਈਆਂ ਕੋਲ ਆਪਸ਼ਨ ਇਹ ਨਹੀਂ ਹੁੰਦੀ ਸੋ ਹੁਣ ਇਹ ਜ਼ਰੂਰੀ ਹੈ ਕਿ ਸਾਨੂੰ ਇਹ ਵਾਲੇ ਕਾਲਜ ਚੁਣਨੇ ਚਾਹੀਦੇ ਨੇ ਅਤੇ ਜਾਂ ਜਿਹੜੇ ਜੇ ਤੁਸੀਂ ਇੱਥੇ ਆਉਂਦੇ ਹਾਂ ਇੱਕ ਕਾਲਜ ਦੇ ਵਿੱਚ ਪੜ੍ਹਦੇ ਹਾਂ ਪਰ ਕਹਿੰਦੇ ਹਾਂ ਕਿ ਅਸੀਂ ਸਟੱਡੀ ਕੰਟੀਨਿਊ ਕਰਨੀ ਹੈ ਕਿਸੇ ਹੋਰ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਸਾਨੂੰ PGWP ਹਜੇ ਨਹੀਂ ਚਾਹੀਦਾ ਸੋ ਉਹ ਆਪਸ਼ਨ ਵਧੀਆ ਕਿ ਜੇ PGWP ਵਾਲਾ ਕਾਲਜ ਹੀ ਚੂਜ਼ ਕਰਨਾ ਚਾਹੀਦਾ PGWP ਦਾ ਮਤਲਬ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਤਾਂ ਇੱਕ ਤਾਂ ਰੂਲ ਆਫ ਥੰਬ ਹੈ ਕਿ ਜਿੰਨੀ ਦੇਰ ਦਾ ਕੋਰਸ ਤੁਸੀਂ ਕਰਦੇ ਹੋ ਸਹੀ ਕੋਈ 1 ਈਅਰ ਦਾ ਕੋਰਸ ਕਰਦਾ ਤੁਹਾਨੂੰ 1 ਈਅਰ ਦਾ PGWP ਮਿਲ ਜਾਂਦਾ ਅਤੇ ਜੇ ਕੋਈ 2 ਈਅਰਸ ਦਾ ਕੋਰਸ ਕਰਦਾ ਤੁਹਾਨੂੰ 3 ਈਅਰਸ ਦਾ PGWP ਮਿਲਦਾ ਤਾਂ ਮੈਕਸੀਮਮ 3 ਈਅਰਸ ਹੈਗਾ
ਜੇ ਕੋਈ ਇੱਧਰ 2 ਇਅਰਸ ਵਾਸਤੇ ਪੜ੍ਹਦਾ ਤਾਂ ਉਸ ਤੋਂ ਬਾਅਦ 3 ਇਅਰਸ ਵਾਸਤੇ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜਾਂਦਾ ਤਾਂ ਉਹਦੇ ਕੋਲ 5 ਇਅਰਸ ਟਾਈਮ ਹੈ ਆਪਣਾ ਪੀ ਆਰ ਅਪਲਾਈ ਕਰਨ ਵਾਸਤੇ ਆਪਣੀ ਫਾਈਲ ਲਗਾਉਣ ਵਾਸਤੇ ਪਰ ਹੁਣ ਕੁਛ ਕਾਲਜਿਸ ਹੈਗੇ ਜਿਹੜੇ ਪ੍ਰਾਈਵੇਟ ਕਾਲਜਿਸ ਉਹਨਾਂ ਕੋਲ ਪੀ ਜੀ ਡਬਲਿਊ ਪੀ ਨਹੀਂ ਹੁੰਦਾ ਉਹਦੇ 'ਚ ਫਿਰ ਉਹ ਡਿਊਰਿੰਗ ਦ ਸਟੱਡੀ ਟਾਈਮ ਉਹ ਜੋਬ ਕਰ ਸਕਦੇ ਜੋ 20 ਆਵਰਸ ਪਰ ਵੀਕ ਪਰ ਆਫਟਰ ਸਟੱਡੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ ਉਹਦੇ ਵਾਸਤੇ ਉਹਨਾਂ ਨੂੰ ਕੁਛ ਹੋਰ ਤਰੀਕਾ ਯੂਜ਼ ਕਰਨਾ ਪਊਗਾ ਜਾਂ ਕੋਈ ਹੋਰ ਸਟੱਡੀ ਕਰਨੀ ਪਊਗੀ ਟੂ ਗੈਟ ਅ ਵਰਕ ਪਰਮਿਟ ਐਂਡ ਪੋਸਟ ਗ੍ਰੈਜੂਏਟ ਵਰਕ ਪਰਮਿਟ ਸਿਰਫ ਇੱਕ ਵਾਰੀ ਮਿਲਦਾ ਓਨਲੀ ਵਾਂਸ ਇਨ ਅ ਲਾਈਫ ਟਾਈਮ ਓਕੇ ਸੋ ਉਸ ਟਾਈਮ ਦੇ ਵਿੱਚ ਹੀ ਤੁਸੀਂ ਆਪਣਾ ਪਰਮਾਨੈਂਟ ਰੈਜ਼ੀਡੈਂਸੀ ਦੇ ਵਾਸਤੇ ਜਿਹੜਾ ਐਪਲੀਕੇਸ਼ਨ ਲਗਾਉਣੀ ਹੈ ਜਾਂ ਕੋਈ ਵੀ ਪ੍ਰੋਸੈਸ ਹੈਗਾ ਉਹ ਤੁਸੀਂ ਅੱਗੇ ਫੋਲੋ ਅਪ ਕਰ ਸਕਦੇ ਆ ਪਰ ਹੁਣ ਕਾਲਰ ਸਾਹਿਬ ਜਿਵੇਂ ਕਈ ਵਾਰ ਬਹੁਤ ਸਾਰੇ ਲੋਕ ਨੇ ਉਹ ਕੈਨੇਡਾ ਦੇ ਵਿੱਚ ਐਜ਼ ਅ ਸਟੂਡੈਂਟ ਆ ਜਾਂਦੇ ਨੇ ਜਾਂ ਐਜ਼ ਅ ਵਰਕ ਪਰਮਿਟ ਦੇ ਉੱਤੇ ਆ ਜਾਂਦੇ ਨੇ ਪਰ ਉਹ ਕਹਿੰਦੇ ਕਿ ਅਸੀਂ ਸਟੱਡੀ ਵੀਜ਼ਾ ਲੈਣਾ ਆ ਉਹ ਲੈ ਸਕਦੇ ਉਹਨਾਂ ਨੇ ਉਹਨਾਂ ਲਈ ਕੀ ਰਿਕੁਆਇਰਮੈਂਟਸ ਹੋਣਗੀਆਂ ਇਨਸਾਈਡ ਕੈਨੇਡਾ ਸਟੱਡੀ ਵੀਜ਼ਾ ਇੱਕ ਵਧੀਆ ਚੀਜ਼ ਹੈ ਅੱਜ ਕੱਲ੍ਹ ਜਿਹੜੀ ਰੀਸੈਂਟਲੀ ਸ਼ੁਰੂ ਹੋਈ ਹੈ ਕਿ ਜੇ ਕੋਈ ਇੱਥੇ ਵਿਜ਼ਟਰ ਹੈ ਜਾਂ ਵਰਕ ਪਰਮਿਟ 'ਤੇ ਹੈ ਜਾਂ ਉਹਦਾ ਸਪਾਊਸ ਵਰਕ ਪਰਮਿਟ 'ਤੇ ਹੈ ਤਾਂ ਉਹ ਵੀ ਇਨ ਕੈਨੇਡਾ ਸਟੱਡੀ ਅਪਲਾਈ ਕਰ ਸਕਦਾ ਉਹਦੇ ਵਾਸਤੇ ਈਵਨ ਆਇਲਸ ਦੀ ਰਿਕੁਆਇਰਮੈਂਟ ਵੀ ਨਹੀਂ ਹੈ ਓਕੇ ਉਹਦੇ ਵਾਸਤੇ ਉਹ ਕਰ ਸਕਦੇ ਆ ਕਿ ਜਿਹੜੀ ਜਿਹੜੇ ਕਾਲਜ 'ਚ ਉਹਨਾਂ ਨੇ ਪੜ੍ਹਾਈ ਕਰਨੀ ਹੈ ਉਹ ਉਹਨਾਂ ਦਾ ਇੱਕ ਇੰਗਲਿਸ਼ ਦਾ ਟੈਸਟ ਕਲੀਅਰ ਕਰਨ ਤੋਂ ਬਾਅਦ ਉਹ ਕਾਲਜ ਉਹਨਾਂ ਨੂੰ ਆਫਰ ਲੈਟਰ ਦੇ ਦਿੰਦਾ ਉਹਦੇ ਬੇਸ 'ਤੇ ਉਹ ਸਟੱਡੀ ਪਰਮਿਟ ਲਗਾ ਸਕਦੇ ਇਨਸਾਈਡ ਕੈਨੇਡਾ ਸਟੱਡੀ ਪਰਮਿਟ ਜਿਹੜਾ ਕਹਿੰਦੇ ਅੱਗੇ ਇਹਦੇ 'ਚ ਰਿਜੈਕਸ਼ਨ ਬਹੁਤ ਹਾਈ ਹੁੰਦੀਆਂ ਸੀ ਪਰ ਹੁਣ ਅੱਜ ਕੱਲ੍ਹ ਹੋ ਰਿਹਾ ਕਿਉਂ ਕੋਵਿਡ ਤੋਂ ਬਾਅਦ ਅੱਜ ਕੱਲ੍ਹ ਇਹਦੇ 'ਚ ਰਿਜ਼ਲਟਸ ਕਾਫੀ ਵਧੀਆ ਜੀ ਸੋ ਕਹਿ ਸਕਦੇ ਹਾਂ ਕਿ ਇਨਸਾਈਡ ਕੈਨੇਡਾ ਜੇ ਕਿਸੇ ਨੇ ਪੜ੍ਹਨਾ ਤਾਂ ਇੱਥੇ ਆ ਕੇ ਵੀ ਅਪਲਾਈ ਕਰ ਸਕਦੇ ਆ ਕਿਉਂਕਿ ਕਈਆਂ ਦੇ ਕੋਲ ਹੈਗੇ ਆ ਕਿ ਵੀਜ਼ੇ ਹੈਗੇ ਆ ਕਿ ਉਹ ਇੱਥੇ ਆ ਕੇ ਆ ਸਕਦੇ ਨੇ ਹੁਣ ਵੀਜ਼ਾ ਐਪਲੀਕੇਸ਼ਨ ਦੀ ਗੱਲ ਹੋ ਰਹੀ ਹੈ ਤਾਂ ਵੀਜ਼ੇ ਜਿਹੜੇ ਨੇ ਉਹ ਡਿਲੇ ਹੋ ਰਹੇ ਨੇ ਉਹਦਾ ਕੀ ਕਾਰਨ ਹੋ ਸਕਦਾ ਕੋਵਿਡ ਕਰਕੇ ਜਿਵੇਂ ਹਰ ਡਿਪਾਰਟਮੈਂਟ ਵਰਕ ਫਰੋਮ ਹੋਮ ਚੱਲਦਾ ਪਿਆ ਐਵੇਂ ਇੱਥੇ ਇੱਕ ਤਾਂ ਆ ਰੀਜ਼ਨ ਹੈ ਕੋਵਿਡ ਕਰਕੇ ਘੱਟ ਇੰਪਲੋਈਜ਼ ਕੰਮ ਕਰ ਰਹੇ ਸੀ ਐਸ ਸੀ 'ਚ ਅਤੇ ਸੈਕਿੰਡਲੀ ਬੈਕਲੋਗ ਬਹੁਤ ਜ਼ਿਆਦਾ ਹੈ ਇਸ ਟਾਈਮ ਉਹ ਕਹਿੰਦੇ ਸਟੂਡੈਂਟ ਵੀਜ਼ਾ ਤਾਂ ਬੈਕਲੋਗ ਇੰਨਾ ਕੁ ਜ਼ਿਆਦਾ ਹੈ ਕਿ ਉਹ ਕਲੀਅਰ ਕਰਨਾ ਉਹਨਾਂ ਵਾਸਤੇ ਮੁਸ਼ਕਿਲ ਹੈ ਆਹ ਇੱਕ ਰੀਜ਼ਨ ਹੈ ਡਿਲੇ ਬਿਲਕੁਲ ਜਿੱਦਾਂ ਕਿਹਾ ਕਿ ਡਿਲੇ ਹੋ ਰਹੀਆਂ ਨੇ ਪਰ ਕਈ ਲੋਕਾਂ ਨੂੰ ਅਜੇ ਤੱਕ ਕਈਆਂ ਨੇ ਪਿਛਲੇ ਸਾਲ ਦਾ ਅਪਲਾਈ ਕੀਤਾ ਆ ਸੋ ਕਈ ਵਾਰ ਕਾਲਜ ਦਾ ਵੀ ਹੋ ਸਕਦਾ ਹੈ ਕਿ ਕਾਲਜ ਕੋਵਿਡ ਪਰੂਫ ਨਹੀਂ ਹੈਗੇ ਸੋ ਅੱਜ ਕੱਲ੍ਹ ਇਹ ਬਹਾਨਾ ਵੀ ਬਹੁਤ ਚੱਲ ਰਿਹਾ ਹੈਗਾ ਕਿ ਸੱਚਮੁੱਚ ਕਈ ਕਾਲਜ ਹੈਗੇ ਨੇ ਉਹ ਬਾਅਦ ਵਿੱਚ ਦੱਸ ਰਹੇ ਨੇ ਉੱਥੇ ਕਿ ਅਸੀਂ ਕੋਵਿਡ ਪਰੂਫ ਨਹੀਂ ਹੈਗੇ ਜਾਂ ਤੁਸੀਂ ਸਾਡੇ ਕਿਸੇ ਹੋਰ ਸ਼ਹਿਰ ਦਾ ਇੰਸਟੀਟਿਊਟ ਹੈ ਜਿਹੜਾ ਉਹ ਕੋਵਿਡ ਪਰੂਫ ਹੈ ਅਸੀਂ ਉੱਥੇ ਫਾਈਲ ਲਗਾ ਸਕਦੇ ਹਾਂ ਸੋ ਇੱਕ ਰੀਜ਼ਨ ਇਹ ਵੀ ਹੋ ਸਕਦਾ ਸਟੂਡੈਂਟਸ ਦੇ ਆਉਣ ਵਾਸਤੇ ਇੱਕ ਜ਼ਰੂਰੀ ਕ੍ਰਾਈਟੇਰੀਆ ਕਿ ਕੋਵਿਡ ਰੈਡੀਨੈਸ ਪਲਾਨ ਹੋਣਾ ਚਾਹੀਦਾ ਜਿਹੜਾ ਵੀ ਇੰਸਟੀਚਿਊਟ ਹੈ ਕਾਲਜ ਜਾਂ ਯੂਨੀਵਰਸਿਟੀ ਜੇ ਕੋਵਿਡ ਰੈਡੀਨੈਸ ਪਲਾਨ ਉਹਦੇ ਕੋਲ ਹੈਗਾ ਤਾਂ ਹੀ ਸਟੂਡੈਂਟ ਇੱਥੇ ਆ ਸਕਦਾ ਅਦਰਵਾਈਜ਼ ਨਹੀਂ ਆ ਸਕਦਾ ਜੇ ਉਹਨਾਂ ਕੋਲ ਕੋਵਿਡ ਰੈਡੀਨੈਸ ਪਲਾਨ ਨਹੀਂ ਹੈ ਤਾਂ ਇਸ ਕਰਕੇ ਆਹ ਵੀ ਸਟੂਡੈਂਟਸ ਨੂੰ ਚੈੱਕ ਕਰਨਾ ਚਾਹੀਦਾ ਕਿ ਉਹ ਇੰਸਟੀਚਿਊਟ ਰੈਡੀ ਹੈ ਕਿ ਨਹੀਂ ਅਤੇ ਉਹ ਅਦਰਵਾਈਜ਼ ਉਹਨਾਂ ਨੂੰ ਵੀਜ਼ਾ ਨਹੀਂ ਮਿਲੂਗਾ ਬਿਲਕੁਲ ਨਾਲ ਨਾਲ ਇੱਕ ਇਹ ਵੀ ਗੱਲ ਹੈ ਕਿ ਇੱਕ ਕੋਵਿਡ ਦੇ ਤੁਹਾਡੇ ਇੰਜੈਕਸ਼ਨ ਵੀ ਲੱਗੇ ਹੋਣੇ ਚਾਹੀਦੇ ਆ ਸੋ ਦੋਨੇ ਇੰਜੈਕਸ਼ਨ ਲੱਗੇ ਹੋਣੇ ਚਾਹੀਦੇ ਤੁਸੀਂ ਫਿਰ ਹੀ ਕੈਨੇਡਾ ਦੇ ਵਿੱਚ ਐਂਟਰ ਕਰ ਸਕਦੇ ਹੋ ਜੇ ਫੁੱਲੀ ਵੈਕਸੀਨੇਟਡ ਕੋਈ ਹੈਗਾ ਸਿਰਫ ਸਟੂਡੈਂਟ ਵਾਸਤੇ ਨਹੀਂ ਹੈ ਵਿਜ਼ਟਰਸ ਫੋਰ ਐਨੀਬਡੀ ਹੈ ਕਿ ਜੇ ਕੋਈ ਫੁੱਲੀ ਵੈਕਸੀਨੇਟਡ ਹੈ ਤਾਂ ਇੱਕ ਤਾਂ ਉਹਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਸੈਕੰਡਲੀ ਇੱਥੇ ਆ ਕੇ ਉਹਨੂੰ ਟੈਸਟ ਕਰਾਉਣ ਦੀ ਵੀ ਜ਼ਰੂਰਤ ਨਹੀਂ ਹੈ ਬਿਲਕੁਲ ਅਤੇ ਨਾਲ ਨਾਲ ਹੁਣ ਜਿਵੇਂ ਤੁਸੀਂ ਕਿਹਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਰੂਲਸ ਹੈਗੇ ਨੇ ਕਿ ਇਹ ਰੂਲਸ ਤੁਹਾਨੂੰ ਫੋਲੋ ਕਰਨੇ ਪੈਣੇ ਨੇ ਪਰ ਰਿਜੈਕਸ਼ਨ ਦਾ ਕੀ ਕਾਰਨ ਹੋ ਸਕਦਾ ਹੁਣ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਇੱਕ ਦਿਨ ਦੇ ਵਿੱਚ 13,000 ਐਪਲੀਕੇਸ਼ਨਸ ਰਿਜੈਕਟ ਹੋਈਆਂ ਨੇ ਸੋ ਬਹੁਤ ਵੱਡਾ ਝਟਕਾ ਉਹਨਾਂ ਸਟੂਡੈਂਟਸ ਨੂੰ ਜਿਹੜੇ ਇੰਤਜ਼ਾਰ ਕਰ ਰਹੇ ਸੀ ਕਾਫੀ ਲੰਮੇ ਸਮੇਂ ਤੋਂ ਕਿ ਸਾਡਾ ਜਿਹੜਾ ਵੀਜ਼ਾ ਆਏਗਾ ਰਿਜੈਕਸ਼ਨ ਦਾ ਕੀ ਕਾਰਨ ਹੋ ਸਕਦਾ ਜਿਹੜੀਆਂ ਪਿੱਛੇ ਰਿਜੈਕਸ਼ਨਸ ਹੋਈਆਂ ਬਹੁਤ ਜ਼ਿਆਦਾ ਉਹਦਾ ਸਭ ਤੋਂ ਵੱਡਾ ਰੀਜ਼ਨ ਆਏਗਾ ਜੀ ਕਿ ਇੱਕ ਤਾਂ ਮਿਸਮੈਚ ਆਫ ਦਾ ਕੋਰਸਿਸ ਕਿ ਸਪੋਜ਼ ਜਿਵੇਂ ਕਿਸੇ ਨੇ ਸੇ ਨੋਨ ਮੈਡੀਕਲ ਦਾ ਕੋਰਸ ਕੀਤਾ ਤਾਂ ਉਹਨੂੰ ਆਪਾਂ ਮੈਡੀਕਲ ਵਾਲੇ ਵਿੱਚ ਮੈਚ ਕਰਤਾ ਜਾਂ ਵੈਸੇ ਹੋਰ ਸਾ ਅਤੇ ਉਹ ਜੇ ਮੈਚ ਜਾਂ ਕੋਈ ਪੋਸਟ ਆਲਰੇਡੀ ਗ੍ਰੈਜੂਏਟ ਹੈਗਾ ਕਿਸੇ ਨੇ ਬੈਚਲਰ ਡਿਗਰੀ ਕੀਤੀ ਹੈ ਤਾਂ ਉਹਨੂੰ ਆਪਾਂ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਪਾ ਦਿੱਤਾ ਜੀ ਤਾਂ ਉਹ ਇੱਕ ਤਾਂ ਮਿਸਮੈਚ ਸਭ ਤੋਂ ਵੱਡਾ ਰੀਜ਼ਨ ਆਏ ਸੈਕਿੰਡ ਆਇਲਸ ਇੱਕ ਸੈਕਿੰਡ ਵੱਡਾ ਰੀਜ਼ਨ ਹੈ ਇਸ ਵਾਰੀ ਉਹਨਾਂ ਨੇ ਦੇਖਿਆ ਕਿ ਜੇ ਕਿਸੇ ਦਾ ਆਇਲਸ ਬਿਲਕੁਲ ਥੋੜ੍ਹੀ ਵੀ ਘੱਟ ਹੈ ਤਾਂ ਸਿੱਧਾ ਰਿਜੈਕਸ਼ਨ ਲਗਾਈ ਕਿਉਂਕਿ ਉਹਨਾਂ ਕੋਲ ਬੈਕਲੋਗ ਇੰਨਾ ਜ਼ਿਆਦਾ ਸਟੂਡੈਂਟਸ ਇੰਨੇ ਜ਼ਿਆਦਾ ਕਿ ਉਹ ਫਿਰ ਬੈਸਟ ਲੈਣਾ ਚਾਹੁੰਦੇ ਆ ਜੋ ਅਵੇਲੇਬਲ ਜੇ ਜਦੋਂ ਹੁਣ ਰਿਜੈਕਸ਼ਨ ਆ ਜਾਂਦੀ ਹੈ ਮੰਨ ਲਓ ਕਿਸੇ ਦੀ ਹੁਣ ਉਹਨਾਂ ਐਪਲੀਕੇਸ਼ਨਸ ਦੇ ਵਿੱਚ ਲਾਈਆਂ ਨੇ ਜਾਂ ਬੈਕਲੋਗ ਉਹ ਦੁਬਾਰਾ ਐਪਲੀਕੇਸ਼ਨ ਆਪਣੀ ਅਪਲਾਈ ਕਰ ਸਕਦੇ ਨੇ ਕਿਉਂਕਿ ਕਈ ਵਾਰ ਹੁੰਦਾ ਕਿ ਸਾਨੂੰ ਇੱਕ ਵਾਰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਦੂਜੀ ਵਾਰ ਵੀ ਰਿਜੈਕਸ਼ਨ ਲੱਗ ਸਕਦੀ ਹੈ ਸੋ ਕਿੰਨੇ ਟਾਈਮ ਤੁਹਾਨੂੰ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇੱਕ ਵਾਰ ਅਸੀਂ ਜੇ ਕਰੈਕਟ ਕਰਕੇ ਫਾਈਲ ਭੇਜਦੀ ਹੈ ਕੀ ਚਾਂਸਿਸ ਹੋ ਸਕਦੇ ਆ ਕਿ ਤੁਹਾਡੀ ਫਾਈਲ ਜਿਹੜੀ ਹੈ ਰਿਜੈਕਟ ਹੋ ਜਾਵੇ ਕੋਈ ਕ੍ਰਾਈਟੀਰੀਆ ਨਹੀਂ ਹੈ ਕਿ ਤੁਸੀਂ ਕਿੰਨੀ ਵਾਰ ਲਗਾ ਸਕਦੇ ਹੋ ਤੁਸੀਂ ਸੈਕਿੰਡ ਟਾਈਮ ਹਮੇਸ਼ਾ ਅਪਲਾਈ ਜਾਂ ਥਰਡ ਟਾਈਮ ਵੀ ਅਪਲਾਈ ਕਰ ਸਕਦੇ ਹੋ ਪਰ ਆਇਆ ਕਿ ਉਹ ਇੰਪਰੂਵ ਕਰਕੇ ਲਗਾਉਣੀ ਚਾਹੀਦੀ ਹੈ ਕਿ ਜੋ ਪਿਛਲੀ ਵਾਰ ਪਹਿਲੇ ਉਹਦੇ ਨੋਟਸ ਕਢਵਾਉਣੇ ਚਾਹੀਦੇ ਕਿ ਕਿਉਂ ਰਿਜੈਕਟ ਹੋਇਆ ਉਹ ਦੇਖਣ ਤੋਂ ਬਾਅਦ ਫਿਰ ਫਾਈਲ
ਕਲਾ ਸਕਦਾ ਪਰ ਹੁਣ ਉਹਨਾਂ ਨੇ ਥੋੜਾ ਚੇਂਜ ਕਰ ਰਿਹਾ ਕਿ ਕੋਈ ਵੀ ਇਵਨ ਫੋਰਨਰ ਵੀ ਏਟੀਐਮ ਨੋਟਸ ਕਢਵਾ ਸਕਦਾ ਜੀ ਰੀਸੈਂਟਲੀ ਕੀਤਾ ਉਹਨਾਂ ਨੇ ਕਢਵਾ ਸਕਦੇ ਸੋ ਉਹ ਕਿੰਨਾ ਟਾਈਮ ਲੱਗ ਜਾਂਦਾ ਇਹਦੇ ਲਈ ਉਹਨੂੰ ਆਲਮੋਸਟ 4 ਵੀਕਸ ਲੱਗ ਜਾਂਦੇ ਤੇ ਜੇ ਹੁਣ ਇੱਕ ਐਪਲੀਕੇਸ਼ਨ ਜਿਹੜੀ ਹੈ ਉਹ ਰਿਜੈਕਟ ਹੋਈ ਹੈ ਉਹ ਆਪਣੀ ਜਿਵੇਂ ਮੰਨ ਲਓ ਅੱਜ ਰਿਜੈਕਟ ਹੋਈ ਹੈ ਕਿੰਨੇ ਟਾਈਮ ਬਾਅਦ ਦੂਜੀ ਵਾਰ ਸਾਨੂੰ ਅਪਲਾਈ ਕਰ ਦੇਣਾ ਚਾਹੀਦਾ ਉਹ ਤੁਸੀਂ ਜਲਦੀ ਤੋਂ ਜਲਦੀ ਵੀ ਕਰ ਸਕਦੇ ਉਹਦੇ ਵਿੱਚ ਉਹਨਾਂ ਵੱਲੋਂ ਕੋਈ ਟਾਈਮ ਪੀਰੀਅਡ ਨਹੀਂ ਹੈਗਾ ਕਿ 30 ਡੇਜ਼ ਦੇ ਵਿੱਚ ਜਾਂ 90 ਡੇਜ਼ ਦੇ ਵਿੱਚ ਨਹੀਂ ਬਸ ਐਪਲੀਕੇਸ਼ਨ ਦੇ ਵਿੱਚ ਜੋ ਪ੍ਰੋਬਲਮਸ ਹੈਗੀਆਂ ਉਹ ਤੁਸੀਂ ਠੀਕ ਕਰਕੇ ਜਿਹੜੀ ਉਹ ਐਪਲੀਕੇਸ਼ਨ ਲਗਾ ਸਕਦੇ ਆ ਹੁਣ ਕਾਲਰਾ ਸਾਹਿਬ ਇੱਕ ਕਈ ਵਾਰ ਕੋਈ ਐਪਲੀਕੇਸ਼ਨ ਲਗਾਈ ਜਾਂਦੀ ਹੈ ਰਿਜੈਕਟ ਹੋ ਜਾਂਦੀ ਹੈ ਤੇ ਬਾਅਦ ਚੋਂ ਕਾਰਨ ਪਤਾ ਚੱਲਦਾ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਤੁਸੀਂ ਸਪਾਊਸ ਦਾ ਵੀ ਨਾਲ ਆਪਣਾ ਅਪਲਾਈ ਕਰ ਦਿੱਤਾ ਹੁਣ ਵੀਜ਼ਾ ਪਰਮਿਟ ਜਦੋਂ ਅਸੀਂ ਲੈਂਦੇ ਹਾਂ ਵਰਕ ਜਦੋਂ ਅਸੀਂ ਵੀਜ਼ਾ ਲੈਂਦੇ ਹੈਗੇ ਹਾਂ ਸਟੱਡੀ ਦੇ ਲਈ ਉਹਦੇ ਨਾਲ ਤੁਸੀਂ ਸਪਾਊਸ ਦਾ ਨਾਲੋਂ ਨਾਲ ਵੀ ਅਪਲਾਈ ਕਰ ਸਕਦੇ ਹੋ ਜਾਂ ਨਹੀਂ ਐਕਚੁਅਲੀ ਨਾਲ ਅਪਲਾਈ ਕਰ ਸਕਦੇ ਹੈ ਪਰ ਬੈਟਰ ਹਮੇਸ਼ਾ ਰਹਿੰਦਾ ਹੈ ਕਿ ਪਹਿਲੇ ਇਕੱਲੇ ਸਟੂਡੈਂਟ ਦਾ ਲਗਾਇਆ ਜਾਵੇ ਉਸ ਤੋਂ ਬਾਅਦ ਸਪਾਊਸ ਦਾ ਲਗਾਇਆ ਜਾਵੇ ਪਰ ਅਦਰਵਾਈਜ਼ ਐਲੀਜੀਬਿਲਟੀ ਹੈ ਅਪਲਾਈ ਕਰਦੇ ਸਪਾਊਸ ਦਾ ਵੀ ਅਤੇ ਇਵਨ ਇਵਨ ਚਿਲਡਰਨ ਜੇ ਹੈਗੇ ਉਹਨਾਂ ਦਾ ਵੀ ਕਰ ਸਕਦੇ ਕਰ ਸਕਦੇ ਸਟੱਡੀ ਵੀਜ਼ਾ 'ਤੇ ਵੀ ਕਰ ਸਕਦੇ ਹੈਗੇ ਸੋ ਕਿੰਨੇ ਕੁ ਚਾਂਸਿਸ ਹੈਗੇ ਨੇ ਕਿ ਤੁਹਾਡਾ ਵੀਜ਼ਾ ਜਿਹੜਾ ਹੈ ਉਹ ਅਪਰੂਵ ਹੋ ਜਾਏਗਾ ਰਿਜੈਕਸ਼ਨ ਦਾ ਤਾਂ ਕਿਸੇ ਨੂੰ ਆਈਡੀਆ ਨਹੀਂ ਕਿੰਨੇ ਚਾਂਸਿਸ ਹੈ ਪਰ ਹਮੇਸ਼ਾ ਜੇ ਇਕੱਲੇ ਦਾ ਲਾਇਆ ਜਾਵੇ ਤਾਂ ਚਾਂਸਿਸ ਆਰ ਬੈਟਰ ਜੀ ਬਿਲਕੁਲ ਅਤੇ ਨਾਲ ਨਾਲ ਹੁਣ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਕਿ ਜਿਹੜੇ ਰਿਜੈਕਸ਼ਨ ਹੋ ਸਕਦੀ ਹੈ ਪਰ ਹੁਣ ਜਦੋਂ ਇੱਥੇ ਆ ਕੇ ਅਸੀਂ ਸਟੱਡੀ ਵੀਜ਼ਾ ਕਰਦੇ ਲੈਂਦੇ ਹੈਗੇ ਹਾਂ ਤਾਂ ਉਹਦੇ ਲਈ ਕਾਲਜ ਚੇਂਜ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਇੱਥੇ ਆ ਗਏ ਹਾਂ ਇੱਥੇ ਆ ਕੇ ਅਸੀਂ ਕਾਲਜ ਦੇ ਵਿੱਚ ਪੜ੍ਹਨ ਵੀ ਲੱਗ ਗਏ ਹਾਂ ਪਰ ਕਈ ਵਾਰ ਹੈ ਕਿ ਸਾਨੂੰ ਉਹ ਕੋਰਸ ਨਹੀਂ ਵਧੀਆ ਲੱਗ ਰਿਹਾ ਜਾਂ ਸਾਨੂੰ ਉਹਦੀ ਸਮਝ ਵੀ ਨਹੀਂ ਆ ਰਹੀ ਜਾਂ ਅਸੀਂ ਕਹਿੰਦੇ ਹਾਂ ਕਿ ਨਹੀਂ ਇਹ ਮੇਰਾ ਇੰਟਰਸਟ ਨਹੀਂ ਹੈਗਾ ਕਾਲਜ ਚੇਂਜ ਕਰਨ ਦੇ ਨਾਲ ਕਿੰਨਾ ਕੁ ਫਰਕ ਪੈਂਦਾ ਆ ਤੁਸੀਂ ਜੇ ਇੱਥੇ ਪਰਮਾਨੈਂਟ ਹੋਣਾ ਆ ਤਾਂ ਪਰਮਾਨੈਂਟ ਹੋਣ ਦੇ ਵਿੱਚ ਕਾਲਜ ਚੇਂਜ ਦਾ ਕੋਈ ਫਰਕ ਨਹੀਂ ਪੈਂਦਾ ਕਾਲਜ ਚੇਂਜ ਅਲਾਊਡ ਹੈ ਅਤੇ ਉਹਦੇ ਵਾਸਤੇ ਕੋਈ ਦੁਬਾਰਾ ਸਟੱਡੀ ਪਰਮਿਟ ਵੀ ਅਪਲਾਈ ਨਹੀਂ ਕਰਨਾ ਪੈਂਦਾ ਓਨਲੀ ਥਿੰਗ ਇਜ਼ ਕਾਲਜ ਚੇਂਜ ਕਰਨ ਤੋਂ ਬਾਅਦ ਤੁਸੀਂ ਜਿਹੜਾ ਸਟੂਡੈਂਟ ਦਾ ਆਪਣਾ ਅਕਾਊਂਟ ਹੈ CAC ਦਾ ਅਕਾਊਂਟ ਉਹਦੇ 'ਚ ਨੂੰ ਅਪਡੇਟ ਕਰਨਾ ਜ਼ਰੂਰੀ ਹੈ ਕਿ ਕਿਹੜੇ ਕਾਲਜ ਵਿੱਚ ਜਾ ਰਹੇ ਹੋ ਅਤੇ ਕਿੰਨੀ ਦੇਰ ਦਾ ਕੋਰਸ ਉਹ ਸਾਰਾ ਅਪਡੇਟ ਕਰਨਾ ਪੈਂਦਾ ਅਦਰਵਾਈਜ਼ ਅਲਾਊਡ ਹੈ ਆਹ ਇੱਕ ਬਹੁਤ ਵਧੀਆ ਚੀਜ਼ ਹੈ ਕਿ ਹਰ ਵਾਰ ਤੁਹਾਨੂੰ ਪਰਮਿਟ ਨਹੀਂ ਲੈਣਾ ਪਊਗਾ ਬਿਲਕੁਲ ਸੋ ਜਦੋਂ ਸਟੱਡੀ ਵੀਜ਼ਾ ਦੀ ਗੱਲ ਆਉਂਦੀ ਹੈ ਕਿ ਅਸੀਂ ਸਟੱਡੀ ਵੀਜ਼ਾ ਲੈਣਾ ਹੈ ਉਹਦੇ ਲਈ ਆਇਲਸ ਦੀ ਤੁਸੀਂ ਕਿਹਾ ਰਿਕੁਆਇਰਮੈਂਟ ਹੈਗੀ ਹੈ ਕੋਈ ਹੋਰ ਵੀ ਟੈਸਟ ਹੈਗੇ ਨੇ ਜਿਹੜੇ ਕਰ ਸਕਦੇ ਨੇ ਹੁਣ ਕਈ ਵਾਰ ਆਇਲਸ ਦੇ ਨਾਲ ਨਾਲ ਕੋਈ ਹੋਰ ਕੋਰਸਿਸ ਹੈਗੇ ਨੇ ਜਾਂ ਕਹਿ ਸਕਦੇ ਹਾਂ ਕਿ ਅਸੀਂ ਕੋਈ ਹੋਰ ਅਜਿਹਾ ਟੈਸਟ ਕਲੀਅਰ ਕਰ ਸਕੀਏ ਜਿਹਦੇ ਨਾਲ ਤੁਸੀਂ ਐਲੀਜੀਬਲ ਹੋਵੋ ਕੈਨੇਡਾ ਦੇ ਵਿੱਚ ਆਉਣ ਦੇ ਲਈ ਆਇਲਸ ਵਰਗੇ ਹੋਰ ਟੈਸਟ ਹੈ ਜਿਵੇਂ ਟੋਫਲ ਹੋ ਗਿਆ ਜੇ ਕੋਈ ਫਰੈਂਚ ਕਰਨੀ ਹੈ ਤਾਂ ਫਰੈਂਚ ਵਾਲੇ ਟੈਫ TCF ਆਹ ਟੈਸਟ ਹੈਗੇ ਜਿਹੜੇ ਫਰੈਂਚ ਵਾਲੇ ਲੋਕ ਕਰ ਸਕਦੇ ਅਤੇ ਕੋਈ ਵੀ ਟੈਸਟ ਇਹਨਾਂ ਵੱਲੋਂ ਐਪਲੀਕੇਬਲ ਹੈ ਆਇਲਸ ਅਕੈਡਮਿਕ ਹੋਣਾ ਜ਼ਰੂਰੀ ਹੈ ਸਟੂਡੈਂਟ ਵਾਸਤੇ ਜਿਵੇਂ ਆਇਲਸ ਦੋ ਤਰ੍ਹਾਂ ਦੇ ਹੁੰਦੇ ਜਨਰਲ ਐਂਡ ਅਕੈਡਮਿਕ ਅਕੈਡਮਿਕ ਹੋਣਾ ਜ਼ਰੂਰੀ ਹੈ ਫੋਰ ਸਟੱਡੀ ਵੀਜ਼ਾ ਐਂਡ ਜਨਰਲ ਫੋਰ ਅਦਰ ਪਰਪਸਿਸ ਸਟੱਡੀ ਵੀਜ਼ਾ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਸਟੱਡੀ ਦੇ ਲਈ ਬਹੁਤ ਸਾਰੇ ਜਿਹੜੇ ਲੋਕ ਆ ਰਹੇ ਹੈਗੇ ਨੇ ਪਰ ਹੁਣ ਉਹਨਾਂ ਦਾ ਸਟੇਟਸ ਦੱਸੋ ਕਿ ਜਿਹੜੇ ਲੋਕ ਕੋਵਿਡ ਦੇ ਟਾਈਮ ਆਨਲਾਈਨ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਪੜ੍ਹੇ ਸੀਗੇ ਸੋ ਉਹ ਅਜੇ ਵੀ ਉੱਥੇ ਵੇਟ ਕਰ ਰਹੇ ਹੈਗੇ ਨੇ ਕਿਉਂਕਿ ਗਵਰਨਮੈਂਟ ਨੇ ਕਿਹਾ ਸੀਗਾ ਕਿ PGWP ਤੁਹਾਨੂੰ ਦਿੱਤਾ ਜਾਊਗਾ ਤੁਸੀਂ ਇੱਥੇ ਆਓਗੇ ਤੁਸੀਂ ਇੱਥੇ ਵਰਕ ਕਰ ਸਕਦੇ ਐਲੀਜੀਬਲ ਜਿਹੜੇ ਹੋਣਗੇ ਉਹਨਾਂ ਦਾ ਸਟੇਟਸ ਕੀ ਹੈ ਹੁਣ ਇਸ ਟਾਈਮ ਗਵਰਨਮੈਂਟ ਨੇ ਕਿਹਾ ਬੜੀ ਵਧੀਆ ਚੀਜ਼ ਕੀਤੀ ਸੀ ਸ਼ੁਰੂ ਕਿ ਜੇ ਤੁਸੀਂ ਆਨਲਾਈਨ ਪੜ੍ਹ ਰਹੇ ਹੋ ਤਾਂ ਤੁਹਾਡਾ ਜਿਹੜਾ ਉਹ ਟਾਈਮ ਹੈ ਕੈਲਕੂਲੇਟ ਹੋਊਗਾ ਐਜ਼ ਇਫ ਯੂ ਆਰ ਲਿਵਿੰਗ ਇਨ ਕੈਨੇਡਾ ਐਟ ਦੈਟ ਟਾਈਮ ਅਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ ਕੋਈ ਫਰਕ ਨਹੀਂ ਪਊਗਾ ਕਿਉਂਕਿ ਪਹਿਲੇ ਪ੍ਰੀਵੀਅਸਲੀ ਸੀਗਾ ਕਿ ਜੇ ਤੁਸੀਂ ਡਿਸਟੈਂਸ ਐਜੂਕੇਸ਼ਨ ਕਰ ਰਹੇ ਹੋ ਮੋਰ ਦੈਨ 50% ਟਾਈਮ ਜੇ ਡਿਸਟੈਂਸ ਐਜੂਕੇਸ਼ਨ ਹੈਗੀ ਹੈ ਤਾਂ ਉਹ ਤੁਹਾਡੇ ਕਾਊਂਟ ਨਹੀਂ ਹੁੰਦੀ PGWP ਦੇ ਵਿੱਚ ਪਰ ਹੁਣ ਉਹਨਾਂ ਨੇ ਕਾਊਂਟ ਕਰਨੀ ਸ਼ੁਰੂ ਕੀਤੀ ਹੋਈ ਹੈ ਪਰ ਸਿਰਫ ਪ੍ਰੋਬਲਮ ਉਹਨਾਂ ਨੂੰ ਆ ਰਹੀ ਹੈ ਕਈਆਂ ਨੂੰ ਜਿਨ੍ਹਾਂ ਨੂੰ ਸਟੱਡੀ ਪਰਮਿਟ ਨਹੀਂ ਮਿਲਿਆ ਸੀ ਉਸ ਟਾਈਮ ਉਹਨਾਂ ਨੇ ਕਾਲਜ ਨਾਲ ਸਟੱਡੀ ਸ਼ੁਰੂ ਕਰਤੀ ਅਤੇ ਬਾਅਦ ਸਟੱਡੀ ਪਰਮਿਟ ਕਿਸੇ ਕਾਰਨ ਕਰਕੇ ਰਿਜੈਕਟ ਹੋ ਗਿਆ ਉਹਨਾਂ ਨੂੰ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਇਸ ਟਾਈਮ ਅਤੇ ਉਹਨਾਂ ਨੂੰ ਕਿਉਂਕਿ ਉਹ ਤਾਂ ਇੱਥੇ ਆ ਵੀ ਨਹੀਂ ਸਕਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤਾਂ ਦੂਰ ਦੀ ਗੱਲ ਦੂਰ ਦੀ ਗੱਲ ਹੈ ਬਿਲਕੁਲ ਹੁਣ ਬਹੁਤ ਸਾਰੀਆਂ ਕੰਪਲੀਕੇਸ਼ਨਸ ਇਸੇ ਕਰਕੇ ਆ ਨੇ ਕਿਉਂਕਿ ਡਾਇਰੈਕਟ ਫਲਾਈਟਸ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਫੁੱਲੀ ਵੈਕਸੀਨੇਟਡ ਹੋਣਾ ਚਾਹੀਦਾ ਪੈਣਾ ਹੈਗਾ ਅਤੇ ਉਹ ਸਾਰੀਆਂ ਚੀਜ਼ਾਂ ਦੇ ਲਈ ਫੋਲੋ ਅਪ ਦੇ ਲਈ ਤੁਸੀਂ ਵੈਬਸਾਈਟ ਜਿਹੜੀ ਹੈ ਗਵਰਨਮੈਂਟ ਦੀ ਉਹ ਤੁਸੀਂ ਫੋਲੋ ਅਪ ਕਰ ਸਕਦੇ ਹਾਂ ਪਰ ਅੱਜ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ ਉਹਦੇ ਲਈ ਹੋਰ ਕਿਹੜੀਆਂ ਗੱਲਾਂ ਤੁਹਾਨੂੰ ਲੱਗਦਾ ਕਿ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਜਿਹੜੇ ਲੋਕ ਸਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਟੱਡੀ ਵੀਜ਼ਾ ਲੈ ਕੇ ਜਿਹੜਾ ਉਹ ਕੈਨੇਡਾ ਦੇ ਵਿੱਚ ਆਉਣਾ ਅਤੇ ਪੜ੍ਹਾਈ ਕਰਨੀ ਹੈ ਇਹਦਾ ਸਭ ਤੋਂ ਪਹਿਲਾ ਚੀਜ਼ ਤਾਂ ਹੈ ਕਿ ਤੁਹਾਡੇ ਕੋਲ ਇੱਕ ਪਾਸਪੋਰਟ ਜਾਂ ਟਰੈਵਲ ਡਾਕੂਮੈਂਟ ਵੈਲਿਡ ਹੋਣਾ ਚਾਹੀਦਾ ਸਭ ਤੋਂ ਪਹਿਲੇ ਸੈਕਿੰਡ ਜਿਹੜੀ ਐਜੂਕੇਸ਼ਨ ਹੈ ਸਟੂਡੈਂਟ ਦੀ ਉਹਦੇ ਸਾਰੇ ਟਰਾਂਸਕ੍ਰਿਪਟਸ ਉਹਦੇ ਕੰਪਲੀਸ਼ਨ ਸਰਟੀਫਿਕੇਟ ਸਾਰੇ ਉਹਦੇ ਕੋਲ ਹੋਣੇ ਚਾਹੀਦੇ ਉਹਦੇ ਬੇਸ 'ਤੇ ਉਹ ਕਾਲਜ ਨੂੰ ਅਪਲਾਈ ਕਰਦਾ ਅਤੇ ਕਾਲਜ ਫਿਰ ਉਹਨੂੰ ਲੈਟਰ ਆਫ ਐਕਸੈਪਟੈਂਸ ਜਾਂ ਆਫਰ ਲੈਟਰ ਦਿੰਦਾ ਜੀ ਠੀਕ ਹੈ ਉਹ ਆਫਰ ਲੈਟਰ ਮਿਲਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਟੱਡੀ ਪਰਮਿਟ ਅਪਲਾਈ ਕਰਨਾ ਹੁੰਦਾ ਉਸ ਟਾਈਮ
ਅਤੇ ਸੈਕਿੰਡ ਉਹਨਾਂ ਨੇ ਜੀ ਆਈ ਸੀ ਅਕਾਊਂਟ ਬਣਾਇਆ ਵਿਦ ਐਨੀ ਕੈਨੇਡੀਅਨ ਇੰਸਟੀਚਿਊਟ ਕੈਨੇਡੀਅਨ ਬੈਂਕ ਦੇ ਨਾਲ ਜਿਹਦੇ $10,000 ਉਹਨਾਂ ਨੂੰ ਡਿਪੋਜ਼ਿਟ ਕਰਾਉਣੇ ਪੈਂਦੇ ਆ ਉਹ ਉਹਨਾਂ ਦਾ ਆਪਣਾ ਹੀ ਪੈਸਾ ਹੁੰਦਾ ਜੋ ਕਿ ਉਹਨਾਂ ਨੂੰ ਐਵਰੀ ਮੰਥ ਮਿਲਦਾ ਰਹੂਗਾ ਬੱਚੇ ਨੂੰ ਫੋਰ ਸਟੱਡੀ ਫੋਰ ਇੱਥੇ ਦੇ ਖਰਚੇ ਚਲਾਉਣ ਵਾਸਤੇ ਅਤੇ ਉਹ ਜੇ ਆਹ ਚੀਜ਼ਾਂ ਪੂਰੀਆਂ ਕਰ ਲੈਂਦਾ ਉਸ ਤੋਂ ਬਾਅਦ ਫਿਰ ਮੈਡੀਕਲ ਦੀ ਰਿਕੁਆਇਰਮੈਂਟ ਹੈਗੀ ਹੈ ਮੈਡੀਕਲ ਟੈਸਟ ਉਹਨਾਂ ਨੂੰ ਕਰਾਉਣਾ ਪੈਂਦਾ ਅਪ ਫਰੰਟ ਉਹ ਲਗਾਉਣ ਤੋਂ ਬਾਅਦ ਫਿਰ ਤੁਸੀਂ ਸਟੱਡੀ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਹੋ ਅਤੇ ਤੁਹਾਨੂੰ ਜਿਵੇਂ ਦੱਸਿਆ ਐਸ ਡੀ ਐਸ ਦੇ ਵਿੱਚ ਕਾਫ਼ੀ ਜਲਦੀ ਉਹਨਾਂ ਦਾ ਸਟੱਡੀ ਵੀਜ਼ਾ ਲੱਗਣ ਦੇ ਚਾਂਸਿਸ ਹੁੰਦੇ ਆ ਜੀ ਬਿਲਕੁਲ ਅੱਜ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਕਾਲਰ ਸਾਹਿਬ ਕੀ ਮੈਸੇਜ ਅੱਜ ਤੁਹਾਡਾ ਵਿਊਅਰਸ ਨੂੰ ਸਟੱਡੀ ਵੀਜ਼ਾ ਇੱਕ ਬੜਾ ਵਧੀਆ ਪ੍ਰੋਗਰਾਮ ਹੈ ਜਿਹੜਾ ਕਿ ਜਿਹਦੇ 'ਚ ਕੋਈ ਐਕਚੁਲੀ ਏਜ ਲਿਮਿਟ ਨਹੀਂ ਹੈ ਜੇ ਤੁਸੀਂ ਗੈਪ ਆਪਣਾ ਪ੍ਰੂਵ ਕਰ ਦਿੰਦੇ ਹੋ ਕਿ ਉਸ ਗੈਪ ਵਿੱਚ ਮੈਂ ਆਹ ਕੰਮ ਕਰਿਆ ਇਸਦਾ ਕੋਈ ਉਹਦੇ 'ਚ ਏਜ ਲਿਮਿਟ ਨਹੀਂ ਹੈ ਕੋਈ ਵੀ ਅਪਲਾਈ ਕਰ ਸਕਦਾ ਅਤੇ ਹੁਣ ਆਇਲਸ ਅਕੈਡਮੀ ਕੀਤੀ ਹੋਣੀ ਚਾਹੀਦੀ ਹੈ ਉਹਦਾ ਕੋਰਸ ਮੈਚ ਕਰਨਾ ਚਾਹੀਦਾ ਅਤੇ ਉਹਦੇ ਕੋਲ ਪ੍ਰੂਫ ਆਫ ਫੰਡਸ ਹੋਣੇ ਚਾਹੀਦੇ ਜੇ ਆਹ ਸਾਰੀਆਂ ਚੀਜ਼ਾਂ ਹੋਣ ਤਾਂ ਸਟੱਡੀ ਵੀਜ਼ਾ ਇੱਕ ਵਧੀਆ ਤਰੀਕਾ ਹੈਗਾ ਕੈਨੇਡਾ 'ਚ ਆਉਣ ਦਾ ਜੀ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਜਿਸ ਤਰ੍ਹਾਂ ਚਰਨਜੀਤ ਕਾਲੜਾ ਜੀ ਨੇ ਦੱਸਿਆ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਸਟੱਡੀ ਦੇ ਲਈ ਆਉਣਾ ਤਾਂ ਬਹੁਤ ਵਧੀਆ ਆਪਸ਼ਨ ਹੋ ਸਕਦਾ ਅਤੇ ਤੁਸੀਂ IRCC ਦੀਆਂ ਗਾਈਡਲਾਈਨਸ ਨੂੰ ਫੋਲੋ ਕਰਕੇ ਆਪਣੀ ਐਪਲੀਕੇਸ਼ਨ ਜਿਹੜੀ ਹੈ ਉਹ ਸਬਮਿਟ ਕਰ ਸਕਦੇ ਹਾਂ ਪਰ ਜੇ ਤੁਹਾਨੂੰ ਕਿਸੇ ਵੀ ਹੈਲਪ ਦੀ ਲੋੜ ਹੈ ਤਾਂ ਤੁਸੀਂ ਕੈਪੀਲਾਨੋ ਇਮੀਗ੍ਰੇਸ਼ਨ ਨੂੰ ਸੰਪਰਕ ਕਰ ਸਕਦੇ ਹਾਂ ਇਹਨਾਂ ਦੇ ਫੋਨ ਨੰਬਰ ਸਾਡੀ ਸਕਰੀਨ ਦੇ ਉੱਤੇ ਦਿੱਤੇ ਹੋਏ ਨੇ ਈਮੇਲ ਤੁਸੀਂ ਇਹਨਾਂ ਨੂੰ ਕਰ ਸਕਦੇ ਹਾਂ ਅਤੇ ਇਹਨਾਂ ਤੋਂ ਜਿਹੜੀ ਜਾਣਕਾਰੀ ਲੈ ਸਕਦੇ ਹਾਂ ਅਤੇ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਹਾਂਗੇ ਦੇਖਦੇ ਰਹੋ ਸਾਂਝਾ ਟੀਵੀ 'ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ